ਜਾਂਦੇ, ਕਾਲੇ ਕਾਗ ਹੰਸ ਹੋ ਜਾਂਦੇ। ਵਾਸ ਹੋਵੇ ਤਾਂ ਸਾ ਗੁਰਾਂ ਦਾ ਉਸ ਥਾਂ ਵਾਸ ਹੁੰਦਾ।
ਆਸਾ ਰੱਖ ਜੋ ਆਸਾ ਦੀ ਵਾਰ ਗਾਏ ਹੁੰਦੀ ਆਸ ਪੂਰੀ ਨਹੀਂ ਬੇਆਸ ਹੁੰਦਾ ਦਿੰਦਾ ਰੱਬੀ ਆਨੰਦ ਆਨੰਦ ਸਾਹਿਬ ਜਪ ਜੀ ਪੜੋ ਤਾਂ ਜਮਾ ਦਾ ਨਾਸ਼ ਹੁੰਦਾ ਸੁਖਮਨੀ ਤੋਂ ਸੁੱਖ ਹਜ਼ਾਰ ਮਿਲਦੇ ਰਹਿ ਰਾਸ ਪੜਿਆ ਜੀਵਨ ਦਾ ਰਾਸ ਹੁੰਦਾ ਜੁਗ ਜੁਗ ਟਲ ਚਵਲ ਤਖ ਦੇ ਮਾਲਕ ਮਨੁੱਖਤਾ ਦੇ ਰਹਿਬਰ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਗੁਰੂ ਪਿਆਰੇ ਖਾਲਸਾ ਜੀਓ ਜਿੱਥੇ ਕਿ ਅੱਜ ਪੂਰੇ ਸੰਸਾਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ। ਕੱਲ ਜਿਸ ਦੇ ਸੰਬੰਧ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬੜੇ ਹੀ ਉੱਚੇ ਲੈਵਲ 'ਤੇ ਗੁਰੂ ਪਾਤਸ਼ਾਹ ਦੀ ਮਿਹਰ ਦੀ ਸਦਕਾ ਨਗਰ ਕੀਰਤਨ ਵੀ ਸਜਾਏ ਗਏ ਜਿੱਥੇ ਪਹਿਲੇ ਪ੍ਰਕਾਸ਼ ਪੁਰਬ ਨੂੰ ਚੜ੍ਹਦੀ ਕਲਾ ਦੇ ਨਾਲ ਸੰਗਤਾਂ ਮਨਾ ਰਹੀਆਂ ਨੇ ਉੱਥੇ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦੇ ਵਿਆਹ ਪੁਰਬ ਨੂੰ ਸੰਬੰਧਿਤ ਗੁਰਦੁਆਰਾ ਸਾਹਿਬ ਦੀ ਸੰਗਤ ਵੱਲੋਂ ਔਰ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ 'ਤੇ ਸਮਾਗਮ ਸਜਾਏ ਗਏ ਨੇ ਜਿਨ੍ਹਾਂ ਦੇ ਸੰਬੰਧ ਦੇ ਵਿੱਚ ਸੀਮਤ ਸਮੇਂ ਦੇ ਵਿੱਚ ਕੁਝ ਕਹਿਣ ਤੋਂ ਪਹਿਲਾਂ ਸਾਧ ਸੰਗਤ ਦੀ ਜੋੜੀਏ ਸੁਰਤ ਆਪਣੀਏ ਨੂੰ ਗੁਰੂ ਦੇ ਚਰਨਾਂ ਵਿੱਚ ਲਾ ਲਈਏ ਸ਼ਬਦ ਵਾਹਿਗੁਰੂ ਆਖੀਏ ਦੋ ਵਾਰੀ ਰਸਨਾ ਪਾਕ ਪਵਿੱਤਰ ਬਣਾ ਲਈਏ ਉਸ ਤੋਂ ਬਾਅਦ ਫਿਰ ਕਰਾਂਗੇ ਇਤਿਹਾਸ ਦੀ ਗੱਲ ਹੱਥ ਜੋੜ ਕੇ ਸੀਸ ਨਵਾ ਲਈਏ ਫਤਿਹ ਗੁਰੂ ਦੀ ਖਾਲਸਾ ਵਾਹਿਗੁਰੂ ਦਾ ਗੱਜ ਕੇ ਫਤਿਹ ਬੁਲਾ ਲਈਏ ਜੋ ਗੁਰਾਂ ਦੇ ਪਿਆਰ ਦਾ ਸਬੂਤ ਆਖੋ ਜੀ ਸਾਰੇ ਮੁਖੋਂ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਟੀ ਧੁੰਦ ਜਗ ਚਾਨਣ ਹੋਇਆ ਨਵੇਂ ਯੁੱਗ ਦੀ ਨਵੀਂ ਪ੍ਰਭਾਤ ਹੋਈ ਲਾਲੋ ਵਰਗਿਆਂ ਦੇ ਸੁੱਤੇ ਭਾਗ ਜਾਗੇ ਭਾਗੋ ਵਰਗਿਆਂ ਦੀ ਬਾਜ਼ੀ ਮਾਤ ਹੋਈ ਸਾਰੇ ਫੈਸਲੇ ਅਮਲਾਂ ਤੇ ਹੋਣ ਲੱਗੇ ਮਦਦਗਾਰ ਨਾ ਮਜ਼ਹਬ ਤੇ ਜਾਤ ਹੋਈ ਖੜੀਆਂ ਸੁੱਕੀਆਂ ਹੇਤੀਆਂ ਖੇਤੀਆਂ ਮੌਲ ਪਈਆਂ ਤੇਰੀ ਮਿਹਰ ਦੀ ਜਦੋਂ ਬਰਸਾਤ ਹੋਈ ਉਸ ਵੇਲੇ ਦੀ ਗੱਲ ਕਰਨ ਲੱਗੇ ਹਾਂ ਜਦੋਂ ਨਿਰੰਕਾਰ ਦੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦਾ ਵਿਆਹ ਹੋਣ ਲੱਗਾ ਸਾਰੇ ਸਾਧੂ ਬਿਰਤੀ ਦੇ ਮੇਰੇ ਪਾਤਸ਼ਾਹ ਦੀਆਂ ਰਮਜ਼ਾਂ ਪਛਾਣਨ ਵਾਲੇ ਸਾਧੂ ਸੰਤ ਗੁਰੂ ਪਾਤਸ਼ਾਹ ਦੀ ਬਰਾਤੀ ਬਟਾਲੇ ਪਹੁੰਚੇ ਸਮੇਂ ਦੀਆਂ ਕੁੜੀਆਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦੇ ਵਿਆਹ ਵਿੱਚ ਆਏ ਨਾ ਸਾਧੂਆਂ ਪ੍ਰਤੀ ਵਿਅੰਗ ਕਸਿਆ ਤੇ ਇੱਕ ਕੱਚੀ ਡਿੱਗਣ ਵਾਲੀ ਕੰਧ ਦੇ ਕੋਲ ਗੁਰੂ ਪਾਤਸ਼ਾਹ ਦਾ ਮੰਜਾ ਡਾਹਿਆ ਜੋ ਉਹਨਾਂ ਮਕੌਲ ਕਰਨ ਖਾਤਰ ਕੀਤਾ ਪਰ ਕੋਲ ਖੜੀ ਇੱਕ ਬਜ਼ੁਰਗ ਮਾਤਾ ਨੇ ਸੋਚਿਆ ਕਿ ਕੰਧ ਧੱਕਾ ਦੇ ਕੇ ਗੁਰੂ ਨਾਨਕ ਦੇਵ ਦੇ ਉੱਪਰ ਸੁੱਟ ਦੇਣਗੀਆਂ ਜੋ ਕੱਚੀ ਹੈ ਉਹ ਪੁੱਟੜੀ ਮਾਈ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦੇ ਨਿਰੰਕਾਰੀ ਰੂਪ ਨੂੰ ਨਹੀਂ ਜਾਣਦੀ ਸੀ ਨਹੀਂ ਪਛਾਣਦੀ ਸੀ ਉਸ ਨੇ ਸੋਚਿਆ ਗੁਰੂ ਨਾਨਕ ਦੇਵ ਪਾਤਸ਼ਾਹ ਇਸ ਦੇ ਥੱਲੇ ਆ ਕੇ ਜ਼ਰੂਰ ਨੁਕਸਾਨੇ ਜਾਣਗੇ ਉਸ ਬੁੱਢੜੀ ਮਾਈ ਨੇ ਸ਼ਰਧਾ ਬਸ ਜਵਾਨ ਅਵਸਥਾ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਨੂੰ ਕੁਝ ਕਹਿ ਕੇ ਸਮਝਾਉਣ ਦਾ ਯਤਨ ਜਿਵੇਂ ਕੀਤਾ ਉਹਨਾਂ ਰਮਜ਼ਾਂ ਤੋਂ ਜਾਣੂ ਬੱਦੋਵਾਲ ਵਾਲੀਆਂ ਬੀਬੀਆਂ ਦਾ ਢਾਡੀ ਜਥਾ ਇਹ ਕਰਵਾਇਆ
ਬਿਲਕੁਲ ਨਾ ਸੋਹੇ। ਇਹ ਪਲਾ ਹੈ ਕਿੱਧਰਲੇ ਠੱਠੇ ਤੇ ਹੱਸੇ, ਇਹ ਪਲਾ ਹੈ ਕਿੱਧਰਲੇ ਠੱਠੇ ਤੇ ਹੱਸੇ। ਕੰਦ ਕੋਲੋਂ ਉੱਠ ਲਾ ਲਵੇ ਤੂੰ ਹੋ ਜਾ ਪਾਸੇ, ਕੰਦ ਕੋਲੋਂ ਉੱਠ ਲਾ ਲਵੇ ਤੂੰ ਹੋ ਜਾ ਪਾਸੇ। ਠੱਠਾ ਕਰਨ ਦੀ ਜਾਂ ਕੰਧ ਗੇਰਨ ਦੀ ਜੋ ਘੜਤ ਘੜੀ
ਕਰੀ ਏ ਉਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ। ਪਰ ਇੱਕ ਗੱਲ ਜ਼ਰੂਰ ਹੈ ਕਿ ਇਹ ਕੱਚੀ ਕੰਧ ਦੀਆਂ ਜੜ੍ਹਾਂ ਪਾਤਾਲ ਵਿੱਚ ਲੱਗ ਜਾਣਗੀਆਂ। ਅੱਜ ਤੋਂ ਬਾਅਦ ਸਾਰੀ ਦੁਨੀਆ ਇਸ ਕੰਧ ਦੇ ਦਰਸ਼ਨ ਦੀਦਾਰੇ ਲੋਚੇਗੀ। ਮੇਰੇ ਬਾਬੇ ਨਾਨਕ ਨੇ ਮੋੜ ਕੇ ਜੋ ਜਵਾਬ ਉਸ ਬਿਰਧ ਮਾਈ ਨੂੰ ਦਿੱਤਾ, ਕਿਉਂਕਿ ਸਮਾਂ ਬੜਾ ਸੀਮਿਤ ਹੈ, ਸੀਮਿਤ ਸਮੇਂ ਦੇ ਵਿੱਚ ਕੁਝ ਕਹਿਣ ਦਾ ਯਤਨ ਕਰਦੇ ਹੋਏ ਉਹਨਾਂ ਲਾਈਨਾਂ ਦਾ ਵਰਣਨ ਬੱਤੋ ਵਾਲ ਵਾਲੀਆਂ ਬੀਵੀਆਂ ਦਾ ਢਾਡੀ ਜਥਾ ਆਪ ਸੰਗਤਾਂ ਦੇ ਰੂਪ ਰੂਪ ਕੁਝ ਹੈ ਇਉਂ ਕਰਦੇ ਹੋ। ਚੱਲੀਏ ਬਟਾਲੇ ਕੰਧ ਦੇਖਣ ਲਈ ਸਦਾ ਲੋਕ ਕਹਿਣਗੇ।
ਕਦੇ ਡਿੱਗ ਸਕਦੀ ਚਾਰ ਜੁਗ ਰਹਿਣੀ ਹੈ। ਇਹ ਨੀ ਮਾਤਾ ਕੰਧ ਕਦੇ ਡਿੱਗ ਸਕਦੀ ਚਾਰ ਜੁਗ ਰਹਿਣੀ ਹੈ। ਖਾਲਸਾ ਜੀ ਭਾਂਬੜਾ ਨੂੰ ਛਿੱਟਾ ਬਾਣੀ ਦਾ ਮਾਰ ਕੇ ਠਾਰਿਆ ਹੈ। ਰੱਬ ਦੇ ਬੰਦਿਆਂ ਦੇ ਨਾਲ ਹਮੇਸ਼ਾ ਹੀ ਦੁਨਿਆਵੀ ਲੋਕ ਈਰਖਾ ਦਵੈਤ ਕਰਦੇ ਆਏ ਨੇ, ਭਾਵੇਂ ਉਹ ਪੁਰਾਤਨ ਸਮਾਂ ਹੋਵੇ ਤੇ ਭਾਵੇਂ ਅੱਜ ਦਾ। ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦੀ ਮੱਤ ਨੇ ਸਦਾ ਹੀ ਇਸ ਭੁੱਲੀ ਭਟਕੀ ਲੁਕਾਈ ਨੂੰ ਵਹਿਮਾਂ ਭਰਮਾਂ ਤੋਂ ਦੂਰ ਕਰਕੇ ਨਿਰਤਾ ਦੇ ਨਾਲ ਟਾਕਰਾ ਕਰਨ, ਪਰਾਏ ਹੱਕ ਨੂੰ ਨਾ ਖਾਣ, ਦਸਾਂ ਨਹੁੰਾਂ ਦੀ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੀ ਸੋਝੀ ਬਖਸ਼ੀ। ਇਹੀ ਕਾਰਨ ਸੀ ਝੂਠੇ ਸਾਧੂਆਂ ਦੇ ਗੋਰਖ ਮਤੀ ਨੂੰ ਬਾਬੇ ਨਾਨਕ ਜੀਆਂ ਨੇ ਨਾਨਕ ਮੱਤਾ ਬਣਾ ਦਿੱਤਾ, ਕੌੜੇ ਰੀਠੀਆਂ ਨੂੰ ਖੰਡ ਦਾ ਰੂਪ ਦੇ ਦਿੱਤਾ। ਆਓ ਅਸੀਂ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦੇ ਚਲਾਏ ਸਿਧਾਂਤ ਤੇ ਪਹਿਰਾ ਦੇ ਕੇ ਆਪਣਾ ਜੀਵਨ ਸਫਲਾ ਕਰੀਏ। ਕੇਵਲ ਤੇ ਕੇਵਲ ਅਖੰਡ ਪਾਠ ਸਾਹਿਬ ਰਖਵਾਉਣ, ਜਾਪ ਕਰਵਾਉਣ, ਜਾਪ ਪਾਠਾਂ ਦੀਆਂ ਗਿਣਤੀਆਂ ਮਿਣਤੀਆਂ ਵਿੱਚ ਹੀ ਉਲਝ ਕੇ ਨਾ ਰਹਿ ਜਾਈਏ, ਗੁਰੂ ਸ਼ਬਦ ਦੀ ਵਿਚਾਰ ਕਰੀਏ। ਕਿਉਂਕਿ ਅੱਜ ਤੋਂ ਬਹੁਤ ਸਮਾਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦੀ ਮੱਤ ਨੇ ਸਾਡੇ ਵਰਗੇ ਭੁੱਲੇ ਭਟਕਿਆਂ ਨੂੰ ਬਾਣੀ ਦੇ ਤੀਰ ਮਾਰ ਮਾਰ ਕੇ ਸਿੱਧੇ ਰਾਹੇ ਪਾਇਆ। ਜਿਵੇਂ ਮੇਰੇ ਇਨਕਲਾਬੀ ਬਾਬੇ ਨਾਨਕ ਤੋਂ ਹੋਰ ਕੋਈ ਵੱਡਾ ਨਹੀਂ ਹੋ ਸਕਦਾ, ਉਸ ਅਟਲ ਸੱਚਾਈ ਦਾ ਵਰਣਨ ਬੱਤੋ ਵਾਲ ਵਾਲੀਆਂ ਬੀਬੀਆਂ ਦਾ ਢਾਡੀ ਕਥਾ ਇਹੋ ਚੰਗਾ ਹੈ।
ਸੱਚ ਧਰਮ ਦਾ ਹੋਕਾ ਦਿੱਤਾ ਲੜਿਆ ਵਾਂਗ ਵਕੀਲਾ ਉਹ ਪੁੱਠੇ ਰਾਹੋਂ ਮੋੜੇ ਭੁੱਲਣ ਦੇ ਕੇ ਠੋਸ ਦਲੀਲਾਂ ਦਰਦ ਵੰਡਾਏ ਘਰ ਘਰ ਪਾ ਕੇ ਫੇਰੇ ਉਹ ਦੁਖੀਆਂ ਦੇ ਦੁੱਖ ਦਰਦ ਵੰਡਾਏ ਘਰ ਘਰ ਪਾ ਕੇ ਫੇਰੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੇ ਉਹ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੇ ਚੋਪਾਂ